हेलो, की हाल चाल सारिआं दा? ठीक ठाक। अज आपां चले आ भूरेश्वर टैंपल दुबारा मिलदे आ। बुर सिंह मंदिर और इतों 1.5 किलोमीटर का ट्रैकिंग है, तो आज थोड़ा लेके चलते हैं। यार ट्रैक बहुत ही औखी चढ़ाई है यार, हालत खराब हो गई। देखो तुम सीधी चढ़ाई है और हले भी सानू 25 मिनट लग जाने उपर जाने वास्ते, और सह चढ़ रहा बहुत ज़्यादा। खड़ते हैं 2 मिनट। देखो जी छोटे जे ट्रैक के अंदर अंदर एक पेड़ झील भी आ रही है, इतने झील बनी हुई है बड़ी वधिया। बारिश का पानी इकट्ठा होया वा, ये तो जानवरों के पानी पीने वास्ते रखा हुआ है। देखो जी सीधी चढ़ाई है उपर बुर सिंह मंदिर वास्ते, तो चलते आ जाओ लेके चलते हौली हौली। सह चढ़ रहा बहुत, हौली हौली चलांगे। यार असी आए अज बुर सिंह मंदिर, तो तुसी देख लिया यार ट्रैकिंग बड़ी खतरनाक है। नीचे तो ना है तो खतरनाक क्या, 1.5 किलोमीटर की है। जिहड़े बंदे प्लेन तो आते उन्होंने वास्ते तो औखी हो है, बाकी इधर के बंदे वास्ते औखी नहीं। तो देखो तुसी यार लोकेशन इन्नी जबरदस्त लोकेशन है, तो उरे जरूर आओ यार, बहुत वधिया मन लगता उरे। ये देखो जी हुण पिछे तो पैदल ट्रैकिंग आए सीगे, हुण इत्थों सीढ़ियां स्टार्ट है, मंदिर मतलब नेड़े आ गया बिल्कुल। इत्थों थोड़ा थोड़ा दिखण भी लग गया, तो आ जाओ चलते उपर नूं। Thank you.
ਤੇ ਤੁਸੀਂ ਇੱਧਰ ਲੋਕੇਸ਼ਨ ਦੇਖੋ, ਇੱਕ ਨੰਬਰ ਲੋਕੇਸ਼ਨ ਹੈ। ਤੇ ਇੱਧਰ ਸਾਹ ਬੜਾ ਚੜਿਆ, ਇਹ ਬੜੀ ਹਾਈਟ ਤੇ ਆ ਮੰਦਰ ਨਾ ਉੱਪਰ, ਤੁਹਾਨੂੰ ਚੱਲ ਕੇ ਦਿਖਾਉਂਦੇ ਆ ਉੱਪਰ। ਤੇ ਆ ਜਾਓ ਸਾਡੇ ਨਾਲ, ਤੁਹਾਡੇ ਪਿੱਛੇ ਪਿੱਛੇ ਆਓ, ਦੇਖੋ ਉੱਪਰ ਮੰਦਰ ਦੇ ਪਹੁੰਚ ਕੇ ਤੁਹਾਨੂੰ ਅੰਦਰ ਦੇ ਦਰਸ਼ਨ ਵੀ ਕਰਾਵਾਂਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ। ਤੇ ਉਰੇ ਇੱਕ ਸ਼ਿਲਾ ਵੀ ਰੱਖੀ ਹੋਈ ਹੈ, ਸ਼ਿਲਾ ਵੀ ਦਿਖਾਵਾਂਗੇ ਤੁਹਾਨੂੰ। ਚਲੋ ਉੱਪਰ ਚੱਲਦੇ ਹਾਂ। ਪਹੁੰਚ ਕੇ ਬੁਰ ਸਿੰਘ ਮੰਦਰ, ਇਹ ਦੇਖੋ ਪਿੱਛੇ ਮੂਰਤੀ ਬਣ ਰਹੀ ਹੈ। ਅਤੇ ਅਗਲੀ ਵਾਰ ਜਦੋਂ ਆਵਾਂਗੇ ਇਹ ਮੂਰਤੀ ਕੰਪਲੀਟ ਹੋਏਗੀ, ਤੁਹਾਨੂੰ ਉਹ ਵੀ ਦਿਖਾਵਾਂਗੇ ਆ ਕੇ। ਬਹੁਤ ਜਲਦੀ ਇੱਥੇ ਦੁਬਾਰਾ ਚੱਕਰ ਮਾਰਾਂਗੇ। ਅਤੇ ਦੇਖੋ ਕਾਫੀ ਮਤਲਬ 90% ਕੰਪਲੀਟ ਹੈ। ਅਤੇ ਅਗਲੀ ਵਾਰ ਜਦੋਂ ਵੀ ਆਵਾਂਗੇ ਤੁਹਾਨੂੰ ਦਿਖਾਵਾਂਗੇ। ਇੱਧਰ ਮੁੱਖ ਦੁਆਰਾ ਹੈ, ਤਾਂ ਉੱਪਰ ਚੱਲਦੇ ਹਾਂ, ਉੱਪਰ ਪਹੁੰਚਦੇ ਹਾਂ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਤੁਸੀਂ ਦੇਖਿਆ ਅਸੀਂ ਪੈਦਲ ਟਰੈਕਿੰਗ ਤੋਂ ਬਾਅਦ ਇੱਥੇ ਪਹੁੰਚੇ ਉੱਪਰ ਮੰਦਰ 'ਚ। ਮਹਾਦੇਵ ਜੀ ਦਾ ਮੰਦਰ ਹੈ ਇੱਥੇ, ਅਤੇ ਇਹ 6500 ਫੁੱਟ ਦੀ ਉਚਾਈ 'ਤੇ ਹੈ। ਅਤੇ ਇੱਥੇ ਇੱਕ ਸ਼ਿਲਾ ਹੈ, ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਜੋ ਇਹ ਤੁਹਾਨੂੰ ਦਿਖਾਵਾਂਗੇ, ਨੀਚੇ ਇੱਕ ਸ਼ਿਲਾ ਹੈ ਬਣੀ ਹੋਈ, ਉੱਥੇ ਕਹਿੰਦੇ ਸਿੱਕਾ ਗਿਰਨ ਨਾਲ ਨਾ ਮਤਲਬ ਮੁਰਾਦ ਪੂਰੀ ਹੁੰਦੀ ਹੈ। ਅਤੇ ਦੇਖਦੇ ਹਾਂ ਜੀ ਉੱਥੇ ਗਿਰਦੇ ਹਾਂ ਸਿੱਕਾ। ਆ ਜਾਓ, ਇਹ ਹੈ ਜੀ ਸ਼ਿਲਾ। ਦੇਖੋ ਤੇ ਸਿੱਕੇ ਸਿੱਕੇ ਪਏ ਆ, ਦੇਖੋ ਕਿੰਨੇ ਸਿੱਕੇ ਪਏ ਇਹਦੇ ਉੱਪਰ। ਇੱਕ ਇੱਧਰ ਹਵਨ ਕੁੰਡ ਵੀ ਹੈ। ਦੇਖ ਬਈ ਇੱਥੇ ਲਿਖਿਆ ਹੋਇਆ, ਯਹ ਬੂਰ ਸਿੰਘ ਮਹਾਦੇਵ ਕੇ ਪ੍ਰਚਲਿਤ ਨਾਮ ਹੈ। ਦੁਆਪਰ ਯੁੱਗ ਮੇਂ ਇਸ ਪਰਵਤ ਸ਼ਿਖਰ ਪਰ ਬੈਠ ਕਰ ਭਗਵਾਨ ਸ਼ੰਕਰ ਨੇ ਮਾਂ ਪਾਰਵਤੀ ਕੇ ਕਹਿਣੇ ਪਰ ਮਹਾਭਾਰਤ ਯੁੱਧ ਕੋ ਦੇਖਾ ਥਾ, ਤਬ ਸੇ ਇਹ ਭੂਮੀ ਪਰ ਸ਼ਿਵਲਿੰਗ ਕੀ ਉਤਪੱਤੀ ਮਾਨੀ ਜਾਤੀ ਹੈ, ਐਸਾ ਨਿਰਦਿਤ ਹੈ। ਇਸ ਕਾ ਇਤਿਹਾਸ ਹੈ ਬਈ ਮੇਨ, ਪੂਰੇ ਮਹਾਭਾਰਤ ਦਾ ਯੁੱਧ ਦੇਖਿਆ ਥਾ ਸ਼ਿਵ ਜੀ ਨੇ ਬੈਠ ਕੇ ਇੱਥੇ, ਜਦ ਤਾਂ ਉਹਦੇ ਸ਼ਿਵਲਿੰਗ ਹੈ। ਕਰੋ ਜੀ ਨੰਦੀ ਮਹਾਰਾਜ ਜੀ ਦੇ ਦਰਸ਼ਨ, ਤੇ ਦੇਖੋ हाँ जी, ਤੁਸੀਂ ਦੇਖਿਆ ਸੀ ਦਰਸ਼ਨ ਕੀਤੇ, ਤੇ ਦਰਸ਼ਨ ਬਹੁਤ ਵਧੀਆ ਹੋਏ। ਤੇ ਇੱਥੇ ਪੰਡਿਤ ਜੀ ਨੂੰ ਵੀ ਮਿਲ ਕੇ ਆਏ, ਤੇ ਵਿੱਚ ਸ਼ਾਰਟ ਪਾਇਆ ਹੋਇਆ ਮੈਂ ਦੇਖਿਓ ਤੁਸੀਂ। ਤੇ ਇੱਥੇ ਮੂਰਤੀ ਬਣ ਰਹੀ ਆ, ਉਹ ਵੀ ਤੁਹਾਨੂੰ ਅਗਲੇ ਵਲੌਗ 'ਚ ਜ਼ਰੂਰ ਦਿਖਾਵਾਂ ਜਦੋਂ ਕੰਪਲੀਟ ਹੋਏਗੀ, ਫਿਰ ਆਵਾਂਗੇ। ਤੇ ਇੱਧਰ ਪ੍ਰਸ਼ਾਦ ਮਿਲਿਆ ਸੀਗਾ, ਪ੍ਰਸ਼ਾਦ ਵੀ ਬਹੁਤ ਅੱਛਾ ਲੱਗਿਆ। ਤੇ ਇੱਥੇ ਮਨ ਵੀ ਬੜਾ ਲੱਗਦਾ ਯਾਰ, ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹੂੰਗਾ ਵੀ ਇੱਥੇ ਜ਼ਰੂਰ ਆਇਓ,
ਤੁਸੀਂ ਮਾਹੌਲ ਦੇਖੋ ਕਿੰਨਾ ਵਧੀਆ ਉਰੇ ਸਾਫ ਸੁਥਰਾ ਕੋਈ ਪੋਲਿਊਸ਼ਨ ਨਹੀਂ ਇੱਥੇ ਕੁਛ ਵੀ ਨਹੀਂ ਹੈਗਾ ਔਰ ਸਾਡੇ ਘਰ ਤੋਂ ਸਿਰਫ ਮਨੀ ਮਾਜਰੇ ਤੋਂ 60-65 ਕਿਲੋਮੀਟਰ ਦੇ ਕਰੀਬ ਹੈ ਅਤੇ ਇੱਥੇ ਜ਼ਰੂਰ ਆਉਣਾ ਚਾਹੀਦਾ ਅਤੇ ਬਹੁਤ ਉਹਨੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਅਗਲੀ ਵਾਰ ਫਿਰ ਆਵਾਂਗੇ ਇੱਥੇ ਅਤੇ ਹੁਣ ਅਸੀਂ ਚੱਲਦੇ ਹਾਂ ਆਪਣੇ ਘਰ ਨੂੰ ਆ ਜਾਓ देखो एकदम पूरा पहाड़ के उपर मंदिर है ये तो किसी टाइम उरे भोले शंकर जी ने तपस्या करी बैठ के इतने महाभारत देखा इतों तो बैठ के उन्होंने ये देखो तुसी देखो तुसी पहला असी ट्रैकिंग उपर चढ़ के गए थे हुण असी उतर लगे हैं तो चढ़ते टाइम सानू घट्टो घट लागे 25-30 मिंट यानी कि अद्धा घंटा लग गया सी सानू तो आते हुए सानू 10-10 मिंट लगने हैं देखो तुसी हुण 10 मिनट के बिल्कुल नीचे पहुंचा अपनी गड्डी को क्रॉस करने वास्ते इदा का बना के रखते हैं जिसको जिस तरह आप उधर जाना ना पहली कंडा तार लगी हुई है तो ये अगर क्रॉस करना है इस तरह चढ़ के ना परली साइड चले जाते हैं ये देखो इन्होंने इस तरह बनाए हुए ट्रैक तो इधरों वापस आके इधरों आ जाओ वापस तो यह बेसिकली बनाया वा इस करके जिस तरह ना ये इन्होंने अपना चार दुवारी करी हुई है देखो ये करी हुई इन्होंने तारा लाई हुई कंडा तार लाई हुई है सारी तो इधर जानवरों वास्ते ये बनाया हुआ पानी इकट्ठा करे हुआ मीह का पीण वास्ते ये वास्ते बनाया हुआ यार आप जो कि बाहर आईए ना तो प्लीज़ गंद ना पाया करो यार देखियो हूँ कोई इस चीज़ का मतलब बनता तुम खाओ पियो जो मर्जी करो पर यार अपना ना एक लिफाफा अलग रख लो तो वो कूड़ा पाओ क्या ये अच्छा नहीं लगता यार देखो तुम लो जी असं उपर तो मंदिर तो नीचे आ गए नीचे उतरते सानू घट्टो घट्ट 15-20 मिनट लगे हैं ज़्यादा टाइम नहीं लगे तो हुण असीं चलते अपने चंडीगढ़ तो निकलते हैं गड्डी च बैठते हैं दाल तैयार कर रहे हैं देखो इधर देखो बिल्कुल सिंपल रसोई अंकल जी बहुत वधिया सिंपल खाना घर जैसा स्वाद खाना तड़का मारा पूरा बन रही देसी दाल बिल्कुल राजमा चिल्ले वाली ये ढाबा जी चाचू का ढाबा देखा जी अज गए थे आप बूर सिंह मंदिर तो उदू का दूसरा नाम भुरेश्वर मंदिर भी है तो थानू उ दर्शन भी कराए थोनों शिला भी दिखाई तो थोड़ा इतिहास भी उत्थे बोल के दसिया
ਤੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਆ ਇੱਕ ਨਵੇਂ ਜਿਹੇ ਵਲੌਗ ਵਿੱਚ ਜਦ ਤੱਕ ਰੱਬ ਰੱਖੇ।